ਤੇ 4 ਮਈ ਨੂੰ ਅਸੀਂ ਉਹੀ ਵਹੀਰ ਜਿਹੜੀ ਆ ਦਮਦਮੀ ਟਕਸਾਲ ਹਮ ਖਿਆਲ ਜਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਕਮੇਟੀ ਸਿੰਘ ਸਭਾਵਾਂ ਸਾਰੀਆਂ ਸੰਸਥਾਵਾਂ ਔਰ ਇਸੇ ਤਰ੍ਹਾਂ ਸਾਰਿਆਂ ਦੇ ਸਹਿਯੋਗ ਨਾਲ ਉਹ ਦਮਦਮਾ ਸਾਹਿਬ ਲੈ ਕੇ ਉਸ ਦਿਨ ਅਸੀਂ ਜਾਣਾ ਚਾਹੁੰਦੇ ਹਾਂ। ਅੰਮ੍ਰਿਤਪਾਲ ਸਿੰਘ ਹੋਣਾ ਨੇ 1 ਸਾਲ ਵੀ ਪੂਰਾ ਨਹੀਂ ਕੀਤਾ ਤੇ ਖਾਲਿਸਤਾਨ ਦੀ ਮੰਗ ਨੂੰ ਲੈ ਕੇ ਲੱਗੇ ਰਹੇ, ਜਿੰਨੇ ਨੌਜਵਾਨ ਪਿੱਛੇ ਨਾਲ ਖੜਦੇ ਸੀ ਬੰਦੂਕਧਾਰੀ ਹੁੰਦੇ ਸੀ ਤੇ NSA ਜਿਹੜਾ ਸਰਕਾਰ ਨੇ ਲਗਾ ਦਿੱਤਾ, ਮਸੀਤਾਂ ਦੇ ਚੜ ਚੜ ਕੇ ਦੰਗੇ ਕਰਨੇ ਤੇ ਗੁੰਬਜ ਤੋੜ ਦੇਣੇ ਤੇ ਧੱਕੇਸ਼ਾਹੀ ਲੋਕਾਂ ਨਾਲ ਕਰਨੀ ਘੱਟ ਗਿਣਤੀਆਂ ਨਾਲ ਕਿਸੇ ਤੇ NSA ਲੱਗੀ ਰੱਖੀ। ਹਥਿਆਰ ਲੈ ਕੇ ਤੁਰਨਾ ਕੋਈ ਪਾਪ ਥੋੜ੍ਹਾ, ਆਪਦੀ ਸੁਰੱਖਿਆ ਵਾਸਤੇ ਹਥਿਆਰਬੰਦ ਹੋ ਕੇ ਤੁਰਨਾ ਕੋਈ ਮਾੜੀ ਗੱਲ ਨਹੀਂ ਤੇ ਅੰਮ੍ਰਿਤ ਛਕਾਉਣਾ ਜਾਂ ਇਸ ਲਹਿਰ ਨੂੰ ਪ੍ਰਚੰਡ ਕਰਨਾ ਕੋਈ ਮਾੜੀ ਗੱਲ ਨਹੀਂ ਸੀ। ਨੌਜਵਾਨ ਉਹਦੇ ਨਾਲ ਤੁਰੇ ਸੀ ਪਰ ਸਰਕਾਰ ਨੇ ਸਿਰਫ ਰੋਕਣ ਵਾਸਤੇ ਵੀ ਨਹੀਂ ਚੱਲਣ ਦੇ। ਜਿਹੜੇ ਅੱਜ ਕਹਿ ਰਹੇ ਨੇ ਵੀ ਅਸੀਂ ਹਿੰਦੂ ਰਾਸ਼ਟਰ ਬਣਾਉਣਾ ਹੈ, ਮੋਹਨ ਭਾਗਵਤ ਵਰਗੇ ਵੀ ਕਹਿ ਰਹੇ ਨੇ, ਸਾਰੇ ਲੋਕ ਕਿੰਨੇ ਸਾਧੂ ਕਹਿ ਰਹੇ ਨੇ, ਉਹਨਾਂ ਤੋਂ ਕੇਸ ਬਣ ਸਕਦਾ? ਹਾਈ ਕੋਰਟ 'ਚੋਂ ਕੇਸ ਸੁਪਰੀਮ ਕੋਰਟ 'ਚੋਂ ਜਿੱਤਿਆ ਵੀ ਕੋਈ ਖਾਲਿਸਤਾਨ ਕਹਿਣ ਵਾਲੇ ਨੂੰ ਕੋਈ ਸਜ਼ਾ ਨਹੀਂ। ਹਰ ਬੰਦੇ ਨੂੰ ਹੱਕ ਆ, ਕੋਈ ਪ੍ਰੋਟੈਸਟ ਵੀ ਕਰ ਸਕਦਾ ਹੈ। ਪਿਛਲੇ ਸਮੇਂ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਜੀ ਹੋਰੀ ਜਦੋਂ ਪੰਜਾਬ 'ਚ ਆਏ ਨੇ, ਉਹਨਾਂ ਨੇ ਬੜੇ ਸੁਚੱਜੇ ਤਰੀਕੇ ਦੇ ਨਾਲ ਪੰਜਾਬ ਦੀ ਵਾਰਸ ਜਥੇਬੰਦੀ ਬਣਾ ਕੇ ਜੋ ਭਾਈ ਦੀਪ ਸਿੱਧੂ ਨੇ ਬਣਾਈ ਸੀ ਉਹਦੇ ਮੁਤਾਬਕ ਚੱਲਦਿਆਂ ਇੱਕ ਲਹਿਰ ਚਲਾਈ ਸੀ ਨਸ਼ੇ ਛਡਾਉਣ ਦੀ ਅਤੇ ਅੰਮ੍ਰਿਤ ਸੰਚਾਰ ਦੀ। ਉਹਦੇ ਵਿੱਚ ਅਨੰਦਪੁਰ ਸਾਹਿਬ ਪਹਿਲਾ ਸਮਾਗਮ ਹੋਇਆ ਸੀ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਚੱਲ ਕੇ, ਜਿਹਦੇ 'ਚ ਮੈਂ ਉੱਥੇ ਵੀ ਪਹੁੰਚਿਆ ਸਾਂ। ਉਸ ਤੋਂ ਬਾਅਦ ਥਾਂ ਥਾਂ ਪ੍ਰੋਗਰਾਮ ਬੜੇ ਸੁਚੱਜੇ ਤਰੀਕੇ ਨਾਲ ਚੱਲਦੇ ਰਹੇ। ਆਖਰੀ ਸੀ ਬਾਬਾ ਦੀਪ ਸਿੰਘ ਦੇ ਜਨਮ ਅਸਥਾਨ ਪਹੁਵਿੰਡ ਤੋਂ ਨਗਰ ਭੂਗਾ ਕੋਨਾ ਸੰਤ ਕਰਤਾਰ ਸਿੰਘ ਦੇ ਜਨਮ ਅਸਥਾਨ 'ਤੇ ਵਹੀਰ ਜਿਹੜੀ ਗਈ ਸੀ, ਭਾਰੀ ਗਿਣਤੀ 'ਚ ਅੰਮ੍ਰਿਤ ਸੰਚਾਰ ਵੀ ਹੋਇਆ ਸੀ। ਬਹੁਤ ਵਧੀਆ ਪੰਜਾਬ ਦੇ ਅੰਦਰ ਅਮਨ ਚੈਨ ਨਾਲ ਲੋਕ ਰਹਿ ਰਹੇ ਸੀ ਅਤੇ ਨੌਜਵਾਨ ਜਿਹੜੇ ਸੀ 100 ਤੋਂ ਵਧੀਕ ਜੱਲੂਪੁਰ ਖੇੜੇ ਬਾਹਰ ਬਾਹਰ ਜੋ ਅਸਥਾਨ ਆ ਉੱਥੇ ਨਸ਼ੇ ਛੱਡਣ ਵਾਸਤੇ ਨੌਜਵਾਨ ਜਿਹੜੇ ਸੀ ਉਹ ਬੈਠੇ ਹੋਏ ਸੀ, ਜਿਨ੍ਹਾਂ ਨੂੰ ਮੈਂ ਮਿਲ ਕੇ ਆਇਆ। ਅਤੇ ਪੰਜਾਬ ਦੇ ਅੰਦਰ ਬਹੁਤ ਵਧੀਆ ਇੱਕ ਲਹਿਰ ਚੱਲ ਰਹੀ ਸੀ। ਮੈਂ ਸਮਝਦਾ ਕਿ ਜਿਹੜੀ ਪੰਜਾਬ ਵਿੱਚ ਸਾਡੇ ਸਿਆਸਤਦਾਨ ਨੇ ਉਹ ਨਹੀਂ ਸੀ ਚਾਹੁੰਦੇ, ਕਈਆਂ ਦਾ ਰੁਜ਼ਗਾਰ ਚਿੱਟੇ ਦਾ ਜਾਂ ਹੋਰ ਧੰਦਿਆਂ ਦਾ ਬੰਦ ਹੁੰਦਾ ਸੀ, ਜਿਹੜੀ ਸਿੱਖ ਵਿਰੋਧੀ ਸ਼ਕਤੀਆਂ ਨੇ ਉਹ ਵੀ ਇਸ ਗੱਲ ਨੂੰ ਨਹੀਂ ਸੀ ਯੋਗ ਸਮਝਦੀਆਂ ਵੀ ਅੰਮ੍ਰਿਤ ਨੌਜਵਾਨ ਛਕਣ, ਨਸ਼ਿਆਂ ਤੋਂ ਮੁਕਤ ਹੋਣ, ਕਿਉਂਕਿ ਬੜੀ ਗਿਣੀ ਮਿਥੀ ਸਾਜਿਸ਼ ਨਾਲ ਪੰਜਾਬ ਨੂੰ ਤਬਾਹ ਕੀਤਾ ਜਾ ਰਿਹਾ ਨਸ਼ਿਆਂ ਦੀ ਦਲਦਲ 'ਚ ਫਸਾ ਕੇ। ਅਤੇ ਉਹ ਬੜੇ ਪੁਰ ਅਮਨ ਦੇ ਨਾਲ ਇੱਕ ਲਹਿਰ ਚੱਲ ਰਹੀ ਸੀ ਜਿਹਨੂੰ ਸਰਕਾਰ ਨੇ ਇੱਕ ਐਸੀ ਡਰਾਮੇਬਾਜ਼ੀ ਦੀ ਖੇਡ ਜੀ ਦੇ ਕੇ ਪਿਛਲੇ 18 ਤਰੀਕ ਨੂੰ ਇੰਟਰਨੈੱਟ ਪੰਜਾਬ ਦਾ ਬੰਦ ਕਰ ਦੇਣਾ, ਕਿੰਨੀ ਫੋਰਸ 80,000 ਦੇ ਲਗਭਗ ਫੋਰਸ ਲਾ ਕੇ ਸ਼ਾਹਕੋਟ ਦਾ ਇਲੈਕਸ਼ਨ ਸੀ ਸਿਰ 'ਤੇ ਆਇਆ ਜਿਹਨੂੰ ਜਿੱਤਣ ਵਾਸਤੇ ਸਾਰਾ ਕੁਝ ਕੀਤਾ ਗਿਆ। ਔਰ ਪਿਛਲੇ ਤਕਰੀਬਨ ਕੁਛ ਸਮੇਂ ਤੋਂ ਇਹ ਕੁਝ ਕੌਮ ਵਿੱਚ ਵੇਖਿਆ ਜਾ ਰਿਹਾ ਸੀ, ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਦੀ ਗੱਲ ਵੀ ਜਿਹੜੀ ਸੀ ਉਹ ਵੀ ਕੌਮ ਦੇ ਵਿੱਚ ਦੁਬਧਾ ਪਾਈ ਰਹੀ। ਨੌਜਵਾਨ ਬੱਚਿਆਂ ਨੂੰ, ਤੁਹਾਨੂੰ ਵੀ ਪਤਾ ਸਾਰੇ ਵੀਰਾਂ ਨੂੰ ਵੀ ਜਿਨ੍ਹਾਂ ਦਾ ਕੋਈ ਇੰਨਾ ਦੋਸ਼ ਗੁਨਾਹ ਨਹੀਂ ਉਹਨਾਂ ਨੂੰ ਫੜ ਫੜ ਕੇ ਡਿਬਰੂਗੜ੍ਹ ਆਸਾਮ ਦੀ ਜੇਲ੍ਹ 'ਚ ਭੇਜ ਦੇਣਾ ਅਤੇ NSA ਐਕਟ ਲਾ ਕੇ ਉਹਨਾਂ ਨੂੰ ਉੱਥੇ ਜੇਲ੍ਹ 'ਚ ਭੇਜ ਦੇਣਾ, ਜਦੋਂ ਕਿ ਅਸੀਂ ਤਾਂ 30-30 ਸਾਲ ਦੇ ਜਿਹੜੇ ਨੌਜਵਾਨ ਅੱਗੇ ਜੇਲ੍ਹਾਂ 'ਚ ਬੰਦ ਰਹੇ ਉਹਨਾਂ ਨੂੰ ਛਡਾਉਣ ਵਾਸਤੇ ਕੌਮ ਚੰਡੀਗੜ੍ਹ ਮੋਰਚਾ ਲਾ ਕੇ ਬੈਠੀ ਹੈ, ਪਰ ਉਹਨਾਂ ਦੀ ਰਿਹਾਈ ਕਰਨ ਦੀ ਬਜਾਏ ਵੀ ਪੱਠੇ ਵੱਢਣ ਵਾਲੇ ਪਿੰਡਾਂ 'ਚ ਕੰਮ ਕਰਨ ਵਾਲੇ ਅਮਨ ਚੈਨ ਨਾਲ ਬੈਠੇ ਨੌਜਵਾਨ ਫੜ ਕੇ 500 ਤੋਂ ਕਰੀਬ ਵਧੀਕ ਬੰਦੇ ਥਾਣਿਆਂ 'ਚ ਫੜ ਫੜ ਕੇ ਕੁੱਟਣੇ ਮਾਰਨੇ, ਧੀਆਂ ਭੈਣਾਂ ਨੂੰ ਜਲੀਲ ਕਰਨਾ, ਇੱਕ ਨੌਜਵਾਨ ਗੱਭਰੂ ਲੰਮੇ ਸਮੇਂ ਤੋਂ ਅਵਤਾਰ ਸਿੰਘ ਖੰਡਾ ਇੰਗਲੈਂਡ ਰਹਿ ਰਿਹਾ, ਉਹਦੇ ਪਿਤਾ ਜੀ ਮੇਰੇ ਜੇਲ੍ਹ 'ਚ ਵੀ ਰਹੇ, ਸ਼ਹੀਦ ਹੋ ਗਏ ਸੀ ਸਰਦਾਰ ਕੁਲਵੰਤ ਸਿੰਘ ਜੀ ਖੋਖਰਾਣਾ, ਅਤੇ ਉਹਦੀ ਘਰਵਾਲੀ ਨੂੰ ਉਹਦੀ ਬੱਚੀ ਨੂੰ ਸੱਦ ਕੇ ਠਾਣੇ ਜਲੀਲ ਕਰਨਾ, ਜਾਂ ਹੁਣ ਪਿਛਲੇ ਦਿਨੀ ਏਅਰਪੋਰਟ ਤੋਂ
इंग्लैंड की चौंपल बची है विह करा कोई पाप नहीं भगवंत मान वो दूजे भी तो सारे कराई जाते हूँ तो विहवान का सिलसिला इन्हों का सारे का चल रहा आप वाले का तो वह बच्ची 15-20 दिन हो गए विह करवाए नूं तो उन्होंने तो मेरे ख्याल इतों का साढ़े पंजाब के हालातों का कोई पता भी नहीं तो बच्ची आपके देश में जा रही है तो उन्होंने एयरपोर्ट पर खज्जल खराब करना जो कुछ सामने होया ये सारा कुछ जिहड़ा कौम वास्ते बहुत मंदभागा है तो जिहड़ी वहीर लेके चल रहे थे नौजवानों को पतत पौड़े तो मुक्त करने वास्ते अमृतधारी बनाने वास्ते उस लहर में दमदमी टकसाल जिहड़ी सी वो भाई अमृतपाल सिंह नाल टिकाण वांग खलोती सी अज भी खलोती जिहड़ी 18 मार्च में सरकार ने शाहकोट जो कुछ किया कि वह प्रोग्राम कैंसल हो गया असी चाहते हैं कि उस स्थान तो 40 मुक्तियां दा 21 विसाख नूं जंग होया सी भावें आपां माघी ते त्यौहार मनाउणे आ उस दिन 4 मई है तो 4 मई नूं असी उही वहीर जिहड़ी आ दमदम टकसाल हमख्याल जथेबंदियां श्रोमणी अकाली दल श्रोमणी कमेटी सिंह सभावां सारियां संस्थावां और इस तरह सारे के सहयोग नाल वो दमदमा साहब लैके उस दिन असी जाना चाहते हैं कि वो वास्ते असी ये जी असी चाहते हैं कि नौजवानी नशे मुक्त करने वास्ते अमृत की लहर चलाने वास्ते दमदमी टकसाल जी कार्ज दोबारा ये चलाना चाहती है कि असी चलावांगे भाई एक दिन की है वही हूँ एक दिन तो गर्मी का मौसम आ तो जिमीदार किसान लोग जो खेती संभालने चाहड़ी की फसल वास्ते लगे ने पर असी ये 40 मुक्तियां के दिन में मुख रख के एक दिन वास्ते असी श्री दमदमा साहब उतों को बहुत ही मुक्तसर साहब तो दूरी नहीं एक दिन शाम तक असं उत्थे पहुँचांगे उस तो बाद फिर लोग जो हाड़ी की फसल तो वेले हो जाएंगे नौजवान सारे भी फिर असी अगला प्रोग्राम जो फिर स्टैप बाय स्टैप बनावा किन्ने साल हो गए ने तुहानू धर्म प्रचार के सिखी के प्रचार के लगे अमृतपाल सिंह होरां ने एक साल भी पूरा नहीं किया खालिस्तान की मंग नूं लैके लगे रहे जिन्हें नौजवान पिछे नाल खड़े सी बंदूकधारी हुंदे सी ते NSA जिहड़ा सरकार ने लगा दिता कि लगता सी कि देश नूं खतरा पैदा हो रहा तुसीं मैनूं दसो भी रामनौमी तुसीं वेखी है पिछले दिन सब नहीं आपां इत्थे तां नहीं वेखी पर तुसीं फेसबुक ते मैं विखा देना मेरे कोल मोबाइल ते मसीतां ते चढ़ चढ़ के दंगे करने ते गुंबज तोड़ देने ते धक्केशाही लोगों ने करनी घट गिणतियां किसी ते NSA लगी वेखी हथियार लेके तुरना कोई पाप थोड़ा आपकी सुरक्षा वास्ते हथियार बंद होकर तुरना कोई माड़ी गल नहीं तो अमृत छकाउणा जां इस लहर नूं प्रचंड करना कोई माड़ी गल नहीं सी नौजवान उहदे नाल तुरे सी पर सरकार ने सिर्फ रोकण वास्ते भी नहीं चलण देना पर खालिस्तान की मांग करते वखरे देश की मांग करते जे अज कह रहे हैं कि असी हिंदू राष्ट्र बनाना है मोहन भागवत वर्गे भी कह रहे हैं सारे लोग किन्ने साधु कह रहे हैं उन्होंने तो केस बन सकता हाई कोर्ट चो केस सुप्रीम कोर्ट चो जितया भी कोई खालिस्तान कहने वाले कोई सजा नहीं हर बंदे हक कोई प्रोटेस्ट भी कर सकता फिर साढ़े बंद हरी के रोस वजो उ बैठे ने सारे साढ़े मुंडे सारे नाल से मैं भी दोनों जाता रहा गड्डियां इन्हां भन्नियां सीसे भन्ने नौजवानों से लाठीचार्ज किया उल्टा इन्हां ते केस बच्चों के पाए दूजे बने परसों केजरीवाल ने दिल्ली सद्या तो जुटियां लग दिल्ली में भजियां ते प्रोटेस्ट करने वास्ते इन्हां वास्ते खोलिया तो दूजा कोई प्रोटेस्ट नहीं कर सकता उन्हां ते क्यों पाबंदी करनी जी हर बंदे नूं अपने हक गल करन दी आजादी है ना जे वो कहें भी हिंदू राष्ट्र सानू चाहिए तो जे भाई अमृतपाल सिंह खालिस्तान कह रहे तो फिर लौड़ा के आ जाए जथेबंदियों का तुम क्या जी सहयोग मिलेगा खालसा वहीर के उन्होंने नाल लैके चलेंगे किस तरह का प्रोग्राम लिखा गया पालकी साहब प्रोग्राम है जी असी श्री अकाल तख्त साहब के जथेदार साहब विचार किए सारे धामी साहब ने श्रोमणी कमेटी के प्रधान साहब ने नवी दिल्ली कमेटी भी गल की ये नरोल असी सिर्फ नशे छो तो अमृत छो होर सा कोई मकसद नहीं है 27 मार्च में जी जथेदार साहब ने मीटिंग सदी से तुम्हें शमूलियत की थी नहीं मैं होर जथेबंदियां आई उन्होंने भी किया खालसा वहीर जी आप शुरू करा जल्द करा पर जथेदार साहब ने कोई खालसा वहीर शुरू नहीं की उन्होंने नहीं की चलो जथेदार साहब की कोई मजबूरी जो उन्होंने हो सकती है दमदम टकसाल सतगुरु की चलाई जथेबंदी है साडा धर्म प्रचार करना किता कर्म
ਕਿ ਜਦੋਂ ਉਹਨਾਂ ਨੇ ਵਿਸਾਖੀ ਤੱਕ ਨਹੀਂ ਕੁਝ ਕੀਤਾ ਤੇ ਅਸੀਂ ਬਾਅਦ ਚ ਦੇਖ ਕੇ ਅਸੀਂ ਸ਼ੁਰੂ ਕਰਨ ਜਾਣਾ ਤੇ ਉਹਨਾਂ ਦੇ ਸਹਿਯੋਗ ਨਾਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਅਸੀਂ ਚਲਾ ਰਹੇ ਹਾਂ।